ਅੱਜ ਦੀ ਵੀਡੀਓ ਉਹਨਾਂ ਸਾਰੇ ਕਿਸਾਨ ਭਰਾਵਾਂ ਲਈ ਬਹੁਤ ਜ਼ਰੂਰੀ ਹੈ ਜਿਹੜੇ ਕਿ ਪਸ਼ੂ ਰੱਖਦੇ ਨੇ ਆਪਣਾ ਪਸ਼ੂ ਪਾਲਣ 'ਚ ਇੱਕ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਕਿ ਪਸ਼ੂਆਂ ਦੀ ਏਆਈ ਕਰਾਉਣਾ ਯਾਨੀ ਕਿ ਬਹੁਤ ਸਾਰੇ ਕਿਸਾਨ ਭਰਾਏ ਨੂੰ ਕਹਿੰਦੇ ਵੀ ਟੀਕਾ ਲਗਾਉਣਾ ਨਵੇਂ ਦੁੱਧ ਕਰਾਉਣਾ ਜਾਂ ਵੱਖ-ਵੱਖ ਨਾਂ ਤੋਂ ਜਾਣਦੇ ਆ ਏਆਈ ਜਦੋਂ ਆਪਾਂ ਕਰਨ ਲਈ ਡਾਕਟਰ ਨੂੰ ਬੁਲਾਉਂਦੇ ਆ ਬਹੁਤ ਸਾਰੀ ਗਲਤੀਆਂ ਕਰਦੇ ਆ ਕਿਉਂਕਿ ਆਪਣੇ ਕਿਸਾਨ ਭਰਾਵਾਂ ਨੂੰ ਨੋਲਜ ਨਹੀਂ ਹੁੰਦੀ ਵੀ ਕਿੰਨੇ ਟੈਂਪਰੇਚਰ ਤੇ ਏਆਈ ਹੋਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕੀ ਕੀ ਪ੍ਰੋਕੋਸ਼ਨ ਯੂਜ਼ ਕਰਨੇ ਹੋਣੇ ਚਾਹੀਦੇ ਆ ਟੈਂਕ ਚ ਨਾਈਟ੍ਰੋਜਨ ਹੈਗੀ ਹੈ ਨਹੀਂ ਹੈਗੀ ਆ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਤਾਂ ਕਿ ਤੁਹਾਡੇ ਨਾਲ ਗਲਤੀ ਨਾ ਹੋਵੇ ਸਾਡੇ ਨਾਲ ਨੇ ਬਹੁਤ ਹੀ ਸੂਝਵਾਨ ਡਾਕਟਰ ਸਾਹਿਬ ਡਾਕਟਰ ਬਲਜਿੰਦਰ ਸਿੰਘ ਜੀ ਅਵਰਿੰਗ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ ਤੇ ਆਉਣ ਲਈ ਡਾਕਟਰ ਸਾਹਿਬ ਸੱਸੀ ਕਾਲ ਜੀ ਸੱਸੀ ਕਾਲ ਜੀ ਜੀ ਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਵੀਰ ਜੀ ਮੈਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਚੰਨਣਾ ਪਾਓ ਆਪਾਂ ਕਿੰਨੇ ਸਮੇਂ ਤੋਂ ਇਸ ਫੀਲਡ 'ਚ ਕੰਮ ਕਰ ਰਹੇ ਆ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਪਿੰਡ ਬੈਡਿੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੰਜਾਬ ਪੰਜਾਬ ਮੈਂ ਇਸ ਲਈ ਕਹਿ ਰਿਹਾ ਐਸ ਦੇ ਟਾਈਮ ਮੈਂ ਹੁਣ ਹਰਿਆਣੇ ਹਾਂ ਹਰਿਆਣੇ ਹਾਂ ਜੀ ਸਾਡੇ ਕੋਲ ਹਰਿਆਣੇ 'ਚ ਪਹੁੰਚੇ ਨੇ ਅੱਜ ਵੀਡੀਓ ਸਪੈਸ਼ਲੀ ਆਪਾਂ ਪੰਜਾਬੀ 'ਚ ਬਣਾ ਰਹੇ ਆ ਤੇ ਬ੍ਰਦਰ ਸਾਨੂੰ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਕੀ ਹੁੰਦੀ ਹੈ ਪਸ਼ੂ ਪਾਲਕ ਲਈ ਮੰਨ ਕੇ ਚਲੋ ਉਹਦੀ ਗਾਂ ਮੱਝ ਹੀਟ ਚ ਹੈਗੀ ਹੈ ਨਹੀਂ ਹੈਗੀ ਹੈ ਉਹ ਕਿਵੇਂ ਅੰਦਾਜ਼ਾ ਲਾ ਸਕਦਾ ਸਭ ਤੋਂ ਜ਼ਰੂਰੀ ਕੰਮ ਤਾਂ ਹੀ ਹੁੰਦਾ ਵੀ ਕਿਹੜੇ ਟਾਈਮ ਦੇ ਆਈ ਹੋਣੀ ਚਾਹੀਦੀ ਹੈ ਉਹਦੇ ਪੱਖੋਂ ਆਪਾਂ ਸਟਾਰਟ ਕਰੀਏ ਸਭ ਤੋਂ ਪਹਿਲਾਂ ਹਾਂਜੀ ਏਆਈ ਕਰਨ ਦਾ ਜੋ ਸਮਾਂ ਜੀ ਜਿਸ ਤਰ੍ਹਾਂ ਜਿਵੇਂ ਆਪਾਂ ਨੋਟ ਕਰਦੇ ਹਾਂ ਜੀ ਅੱਜ ਆਪਣਾ ਸਵੇਰ 7 ਤੋਂ 8 ਇੱਕ ਟਾਈਮ ਮੰਨ ਲਓ ਵੀ ਆਪਣੀ ਮੱਝ ਜਾਂ ਗਾਂ ਬੋਲਣ ਲੱਗ ਪਈ ਹੈ ਬਿਲਕੁਲ ਗਾਂ ਜਿਹੜੀ ਹੁੰਦੀ ਹੈ ਐਫਐਸ ਜਰਸੀ ਉਹ ਪਸ਼ੂਆਂ ਉੱਪਰ ਟੱਪਦੀ ਹੈ ਜਿਹੜੀ ਮਾਝ ਹੁੰਦੀ ਹੈ ਉਹ ਬੋਲੀ ਮਾਰਨ ਦੇ ਨਾਲ ਨਾਲ ਡਿਸਚਾਰਜ ਕਰਦੀ ਹੈ ਜਿਹਨੂੰ ਆਪਾਂ ਤਾਰਾਂ ਕਹਿ ਦਿੰਦੇ ਆ ਜੀ ਬਿਲਕੁਲ ਜੀ ਤੇ ਥੋੜਾ ਥੋੜਾ ਪਿਸ਼ਾਬ ਕਰਕੇ ਗੇੜੇ ਖਾਂ ਲੱਗ ਜਾਂਦੀ ਹੈ ਜੇ ਅੱਜ ਸਵੇਰ 7 ਵਜੇ ਮੱਝ ਹੀਟ ਚ ਆਈ ਹੈ ਅੱਜ ਉਹ 12 1 ਵਜੇ ਦੇ ਤੱਕ ਰਿੰਗ ਰਹੀ ਹੈ ਤੇ ਉਸਦੇ ਅਗਲੇ ਦਿਨ ਸਵੇਰ ਸੀਮਾ ਲੱਗਣਾ ਹੁੰਦਾ ਜੀ ਇੱਕ ਸਟਰਾ ਨਾਲ ਪਸ਼ੂ ਗੱਭਣ ਹੋ ਜਾਂਦਾ ਤੇ ਮੰਨ ਕੇ ਚਲੋ ਆਪਣੇ ਪਸ਼ੂ ਪਾਲਕ ਨੇ ਪਛਾਣ ਲਿਆ ਵੀ ਆਪਣਾ ਪਸ਼ੂ ਹੀਟ ਚ ਆ ਗਿਆ ਉਦੋਂ ਅਗਲਾ ਸਟੈਪ ਹੁੰਦਾ ਉਹ ਆਪਣੇ ਨੇੜੇ ਤੇੜੇ ਦੇ ਡਾਕਟਰ ਨੂੰ ਕਾਲ ਕਰਦਾ ਕਈ ਵਾਰੀ ਉਹ ਟਾਈਮ ਤੇ ਆ ਜਾਂਦਾ ਹੈ ਕਈ ਵਾਰੀ ਟਾਈਮ ਤੇ ਨਹੀਂ ਆਉਂਦਾ ਤੁਸੀਂ ਦੱਸੋ ਵੀ ਟਾਈਮ ਕਿਹੜਾ ਸਹੀ ਹੈ ਵੀ ਇਸ ਟਾਈਮ ਤੋਂ ਬਾਅ ਤਾਂ ਕਈ ਵਾਰੀ ਡਾਕਟਰ ਲੇਟ ਹੁੰਦਾ ਨੇ ਇਹਦੇ ਵਿੱਚ ਇਹ ਗੱਲ ਹੈ ਜੀ ਜੋ ਮੇਰਾ ਆਪਦਾ ਨਿੱਜੀ ਤਿਆਰ ਜਿਸ ਤਰ੍ਹਾਂ ਮੰਨ ਲਓ ਵੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਜੀ ਜੇ ਆਪਣਾ ਪਸ਼ੂ ਕੋਈ 7 8 9 ਜਿਸ ਵੀ ਸਮੇਂ ਤੇ ਬੋਲਣ ਲੱਗਦਾ ਹੈ ਉਹਦਾ ਆਪਾਂ ਧਿਆਨ ਰੱਖਣਾ ਹੁੰਦਾ ਵੀ ਇਹ 7 ਵਜੇ ਦੇ ਤੋਂ ਲੈ ਕੇ ਕਿੰਨੇ ਵਜੇ ਤੀਕ ਬੋਲ ਰਿਹਾ ਹੈ ਕਿੰਨਾ ਕਿ ਇਹ ਡਿਸਚਾਰਜ ਕਰ ਰਿਹਾ ਜੇ ਮੰਨ ਲਓ ਜਿਸ ਤਰ੍ਹਾਂ ਅੱਜ ਦੇ ਦਿਨ 7 8 9 ਜਿਸ ਟਾਈਮ ਤੇ ਵੀ ਬੋਲਿਆ ਉਹ ਉਹਨੇ ਅੱਜ ਦਾ ਦਿਨ ਕੋਈ 4 5 ਘੰਟੇ ਰਿੰਗਣਾ ਹੁੰਦਾ ਪਸ਼ੂ ਨੇ ਜਿਹੜੇ ਪਸ਼ੂ ਬੋਲਿਆ ਉਹ ਤਾਰਾਂ ਬਹੁਤ ਜ਼ਿਆਦਾ ਕਰਦੇ ਜਿਵੇਂ ਡਿਸਚਾਰਜ ਸਿਰ ਦੇ ਪਾਣੀ ਵਾਂਗ ਠੀਕ ਹੈ ਜੀ ਉਸਦੇ ਤੁਸੀਂ ਅਗਲੇ ਦਿਨ 7 ਤੋਂ ਲੈ ਕੇ 10 ਵਜੇ ਦੇ ਵਿੱਚਕਾਰ ਏਆਈ ਕਰਵਾ ਸਕਦੇ ਹਾਂ ਮੇਰਾ ਨਿੱਜੀ ਤਿਆਰ ਬੈਸਤਰਾ ਮੇਰੇ ਯਾਨੀ ਕਿ ਵੀ AI ਦੇ ਵਿੱਚ ਵਧੀਆ ਸਕਸੈਸਫੁਲ ਮਿਲੇ ਤੇ ਫਿਰ ਤੁਸੀਂ ਮੈਨੂੰ ਦੱਸੋ ਜੀ ਪ੍ਰੋਕੋਸ਼ਨ ਕਿਹੜੇ-ਕਿਹੜੇ ਯੂਜ਼ ਕਰਨੇ ਆ AI ਕਿਵੇਂ ਕਰੇ ਡਾਕਟਰ ਕੀ ਜੇ ਉਹ ਸਹੀ ਹੋਵੇ AI ਦੇ ਵਿੱਚ ਧਿਆਨ ਰੱਖਣ ਵਾਲੀਆਂ ਗੱਲਾਂ ਤਾਂ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਜੋ ਆਪਾਂ ਸਟਰਾ ਬਣਾਉਣ ਦੇ ਲਈ ਟੀਕੇ ਨੂੰ ਜਿਹਨੂੰ ਥਾਵਿੰਗ ਕਹਿੰਦੇ ਆ ਬਿਲਕੁਲ ਬਣਾਉਣ ਦੇ ਲਈ ਜੋ ਪਾਣੀ ਹੈ ਉਸ ਦਾ ਟੈਂਪਰੇਚਰ 37 ਡਿਗਰੀ ਹੋਣਾ ਚਾਹੀਦਾ ਮਤਲਬ ਕਿ ਹੱਥ ਲਾ ਕੇ ਚੈੱਕ ਨਹੀਂ ਕਰਨਾ ਹੱਥ ਲਾ ਕੇ ਨਹੀਂ ਜੀ ਹੱਥ ਲਾ ਕੇ ਚੈੱਕ ਕਰਾ ਕੇ ਜੀ ਤਾਂ ਸਰਦੀ ਦੇ ਵਿੱਚ ਠੰਡ ਹੁੰਦੀ ਹੈ ਗਰਮੀ ਦੇ ਵਿੱਚ ਗਰਮ ਹੁੰਦਾ ਹੈ ਤੇ ਹੱਥ ਨਾਲ ਆਪਾਂ ਚੈੱਕ ਨਹੀਂ ਕਰ ਸਕਦੇ ਪਤਾ ਨਹੀਂ ਲੱਗ ਸਕਦਾ ਬਿਲਕੁਲ ਕਿਉਂਕਿ ਹੱਥ ਸਾਡੀ ਬੋਡੀ ਦਾ ਟੈਂਪਰੇਚਰ 37 ਡਿਗਰੀ ਹੁੰਦਾ ਸਾਨੂੰ ਬਹੁਤ ਵਾਰੀ ਇਦਾਂ ਲੱਗਦਾ ਜੀ ਪਾਣੀ ਕਿਉਂਕਿ ਆਪਾਂ ਇੱਕ ਇਮੀਡੀਏਟਰ ਲਾ ਕੇ ਦੇਖਦੇ ਹਾਂ ਹੱਥ ਨਾਲ ਤੁਸੀਂ ਭਰੋਸਾ ਨਾ ਕਰੋ ਐਦਾਂ ਦਾ ਮੀਟਰ ਜਾਂ ਕੋਈ ਮੀਟਰ ਉਹਦੇ ਕੋਲ ਹੋਣਾ ਹੈ ਇਹ ਬਾਜ਼ਾਰ ਦੇ ਵਿੱਚੋਂ ਆਮ ਹੀ ਮਿਲ ਜਾਂਦਾ ਹੈ 20-30 ਰੁਪਏ ਦੀ ਚੀਜ਼ ਹੈ ਜੀ ਇਹ 35 35 ਡਿਗਰੀ ਆ ਰਿਹਾ ਇਸ ਜਿਹੜੇ ਆਪਾਂ ਦੇਖ ਸਕਦੇ ਹੋ ਹਾਂਜੀ 35 ਤੋਂ 37 ਦੇ ਵਿਚਕਾਰ ਰੱਖਿਆ ਜਾਵੇ ਜੀ ਬਿਲਕੁਲ ਪਾਣੀ ਹੈ ਜੋ ਜੀ ਘੱਟੋ ਘੱਟ 2.5 ਲ ਕਿਉਂਕਿ ਜੇ ਪਾਣੀ 2-4 ਮਿੰਟ ਪਿਆ ਰਵੇ ਉਸ ਦਾ ਜੋ ਟੈਂਪਰੇਚਰ ਆ ਅਪ ਡਾਊਨ ਨਾ ਹੋਵੇ ਇਹ ਚੀਜ਼ ਦਾ ਧਿਆਨ ਰੱਖਣਾ ਜੀ ਉਸ ਤੋਂ ਬਾਅਦ ਪਾਣੀ ਦਾ ਟੈਂਪਰੇਚਰ ਹੋ ਗਿਆ ਜੀ 37 ਡਿਗਰੀ ਹੁਣ ਆਪਣਾ ਕੰਮ ਆ ਜਾਂਦਾ ਜੀ ਸਟਰਾ ਵਿੱਚੋਂ ਗੈਸ ਨੂੰ ਕੱਢਣ ਦਾ ਜੋ ਆਪਾਂ ਕੰਟੇਨਰ ਦੇ ਵਿੱਚ ਸੀਮਨ ਰੱਖਦੇ ਹਾਂ ਉਸ ਦੇ ਵਿੱਚ ਗੈਸ ਪੂਰੀ ਤਰ੍ਹਾਂ ਮੈਂਟੇਨ ਰੱਖਣੀ ਚਾਹੀਦੀ ਆ ਤੇ ਘਟਣਾ ਹੋਵੇ ਕਿ ਜੋ ਲੋੜ ਜਿਵੇਂ 10 ਲੀਟਰ ਵਾਲਾ ਕੰਟੇਨਰ ਆ ਕੋਈ ਹਫਤੇ ਦਸਾਂ ਦੇਣਾ ਤਾਂ ਇਹ ਚ ਗੈਸ ਪਾਵੇ ਜੇ ਜ਼ਿਆਦਾ ਖੋਲਦਾ ਤਾਂ ਥੋੜਾ ਜਲਦੀ ਯਾਨੀ ਕਿ ਮੰਨ ਲਓ ਗੈਸ ਹਾਂਜੀ ਹੁਣ ਮੈਨੂੰ ਤੁਸੀਂ ਇਹ ਦੱਸੋ ਜੀ ਵੀ ਇਹ ਤੋਂ ਆਪਾਂ ਨੇ ਸੀਮਨ ਕਿਵੇਂ ਬਾਹਰ ਕਲੈਕਟ ਕਰਨਾ ਤੇ ਕਿਵੇਂ ਇਸ ਚ ਸਿੱਟਣਾ ਇਹ ਚੀਜ਼ ਬਹੁਤ ਜ਼ਰੂਰੀ ਹੈ ਇਹ ਚ ਨਿੱਕੀਆਂ ਨਿੱਕੀਆਂ ਗੱਲਾਂ ਧਿਆਨ ਰੱਖਣ ਦੀ ਇਹ ਜੋ ਮੈਂ ਚੀਜ਼ ਸ਼ੇਅਰ ਕਰ ਰਿਹਾ ਹਾਂ ਇਹ ਮੇਰਾ ਆਪਦਾ ਨਿੱਜੀ ਧਿਆਨ ਠੀਕ ਹੈ ਜੀ ਸਭ ਤੋਂ ਪਹਿਲਾਂ ਜੋ ਆਪਾਂ ਪਾਣੀ ਲਿਆ ਜੀ ਘੱਟ ਤੋਂ ਘੱਟ 2 ਲੀਟਰ ਹੋਣਾ ਚਾਹੀਦਾ ਤਾਂ ਜੋ ਪਾਣੀ ਦਾ ਜੋ ਆਪਾਂ ਟੈਂਪਰੇਚਰ 36 37 ਡਿਗਰੀ ਕੀਤਾ ਜੇਕਰ ਹੋਗਾ ਤੇ ਗਰਮੀ ਦੇ ਹਿਸਾਬ ਨਾਲ ਜਾਂ ਸਰਦੀ ਦੇ ਹਿਸਾਬ ਨਾਲ ਜੋ ਦਾ ਟੈਂਪਰੇਚਰ ਮੈਂਟੇਨ ਕੀਤਾ ਉਹ ਅਪ ਡਾਉਨ ਨਾ ਹੋਗਾ ਠੀਕ ਹੈ ਜੀ ਉਸ ਤੋਂ ਬਾਅਦ ਜੋ ਆਪਾਂ ਕੰਟੇਨਰ ਦੇ ਵਿੱਚੋਂ ਸਟਰਾ ਕੱਢਣਾ ਹੈ ਬਿਲਕੁਲ ਜੀ ਇਹਦੇ ਵਿੱਚ ਮੈਨਸ 196 ਡਿਗਰੀ ਲਿਕਵਿਡ ਨਾਈਟ੍ਰੋਜਨ ਗੈਸ ਹੁੰਦੀ ਹੈ ਬਿਲਕੁਲ ਇੱਥੇ ਮਾਈਨਸ ਚੋਂ ਦਾ ਉੱਥੋਂ ਆਪਣੇ 37 ਡਿਗਰੀ ਪਲੱਸ ਲੈ ਜਾਨੇ 37 ਡਿਗਰੀ ਪਲੱਸ ਜੀ ਲੈ ਜਾਣੇ ਜਦੋਂ ਆਪਾਂ ਇਹਦੇ ਵਿੱਚੋਂ ਸਟਰਾ ਕੱਢਣਾ ਜੀ ਇਹਨੂੰ ਹੱਥ ਨਹੀਂ ਲਗਾਉਣਾਗਾ ਬਿਲਕੁਲ ਹਾਂਜੀ ਫੋਰਸਪ ਦੀ ਮਦਦ ਨਾਲ ਇਹਦੇ ਵਿੱਚੋਂ ਕੱਢ ਕੇ ਇੱਕ ਦੋ ਸਕਿੰਟ ਲਈ ਆਏ ਹਲਾ ਕੇ ਪਾਣੀ ਦੇ ਵਿੱਚ ਛੱਡ ਦੇਣ ਜੋ ਪਾਣੀ ਦੇ ਵਿੱਚ ਛੱਡਣਾ ਹੈ ਪਾਣੀ ਦੇ ਵਿੱਚ ਛੱਡਣ ਦਾ ਸਮਾਂ ਕਿੰਨਾ 30 ਸਕਿੰਟ ਤੋਂ ਲੈ ਕੇ 1 ਮਿੰਟ 30 ਸਕਿੰਟ ਤੋਂ ਲੈ ਕੇ 1 ਮਿੰਟ ਹਾਂਜੀ ਉਹਦੇ ਲਈ ਟਾਈਮਰ ਲੱਗਿਆ ਹੋਣਾ ਜ਼ਰੂਰੀ ਆ ਆਪਣੇ ਸਿਲੰਡਰ ਦੇ ਉ ਬਿਲਕੁਲ ਜਿਵੇਂ ਆਪਣੇ ਸਿੱਟਿਆ ਆਪਣੇ ਸਕਿੰਟ ਚਾਲੂ ਕਰਦੇ ਇਹ ਕਾਰਨ ਦਾ ਕੀ ਆ ਜੀ ਜਦੋਂ ਮੰਨ ਲਓ ਵੀ ਆਪਾਂ ਉਹਦੇ ਵਿੱਚ ਸੜ ਤਾਂ ਕਈ ਵਾਰ ਆਪਾਂ ਪਸ਼ੂ ਪਾਲਕ ਨਾਲ ਗੱਲ ਹੀ ਪੈ ਜਾਂਦੇ ਆ ਗੱਲਬਾਤ ਕਰਨ ਲੱਗ ਪੈਣ ਤੇ ਸਮਾਂ ਜ਼ਿਆਦਾ ਹੋ ਜਾਂਦਾ ਇਹ ਨਿੱਕੇ ਨਿੱਕੇ ਗੱਲਾਂ ਦਾ ਜੇ ਧਿਆਨ ਰੱਖਾਂਗੇ ਤਾਂ ਕਦੇ ਵੀ ਪਸ਼ੂ ਪਾਲ ਕੇ ਇਹ ਗੱਲ ਨਾ ਕਹੂਗਾ ਵੀ ਸੀਮਣ ਤੋਂ ਪਸ਼ੂ ਨਹੀਂ ਰਹਿੰਦੇ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਜੋ ਪਾਣੀ ਦੇ ਵਿੱਚ ਆਪਾਂ ਸਟਾਰ ਨੂੰ ਥਾਵਿੰਗ ਕਰ ਲਿਆ ਬਿਲਕੁਲ ਜੇ ਆਪਣਾ 30 ਸਕਿੰਟ ਹੋ ਗਿਆ ਹਾਂਜੀ 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 30 30 ਘੰਟੇ ਤੋਂ ਲੈ ਕੇ 1 ਮਿੰਟ ਤੱਕ ਆਪਾਂ ਬੰਝ ਰੱਖ ਸਕਦੇ ਹਾਂ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਗਨ ਦੀ ਗਨ ਕਿਹੜੀ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਹੈ ਜੀ ਜੋ ਆਪਾਂ ਇਹ ਸ਼ੀਤ ਯੂਜ਼ ਕਰਨੀ ਹੈ ਇਹ ਵਧੀਆ ਕੁਆਲਿਟੀ ਕਿਉਂਕਿ ਥੋੜੀ ਕਿ ਨਰਮ ਕੁਆਲਿਟੀ ਦੀਆਂ ਤੇ ਥੋੜੀ ਚੰਗੀ ਕੁਆਲਿਟੀ ਦੀਆਂ ਬਾਜ਼ਾਰ ਚੋਂ ਆਮ ਮਿਲ ਜਾਂਦੀ ਹੈ ਬਿਲਕੁਲ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੰਨ ਲਓ ਜੀ ਆਪਾਂ ਸਟਾਰ ਨੂੰ ਪਾਣੀ ਦੇ ਵਿੱਚੋਂ ਕੱਢਣਾ ਜੀ ਜੀ ਇਸ ਨੂੰ ਇੱਕ ਟਿਸ਼ੂ ਪੇਪਰ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤਾਂ ਜੋ ਇਸ ਤੇ ਪਾਣੀ ਦਾ ਬੂੰਦ ਵੀ ਲੱਗੀ ਨਾ ਰਹੇ ਜੋ ਕਿ ਖਰਾਬੀ ਕਰਦੀ ਹੈ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਸਟਰਾ ਕਟਰ ਦੀ ਬਿਲਕੁਲ ਜੀ ਬਲੇਟ ਨਾਲ ਕੱਟਦੇ ਆਂ ਕੈਂਚੀ ਨਾਲ ਕੱਟਦੇ ਆਂ ਕਈ ਵਾਰ ਸਟਰਾ ਦਾ ਕੀ ਹੁੰਦਾ ਜੀ ਟੇਡਾ ਕੱਟਿਆ ਜਾਂਦਾ ਜਾਂ ਕੈਂਚੀ ਨਾਲ ਕੱਟਣ ਵੇਲੇ ਚਿਪਕ ਜਾਂਦਾ ਜੋ ਕਿ ਛੀਦ ਦੇ ਵਿੱਚ ਸਹੀ ਤਰ੍ਹਾਂ ਨਹੀਂ ਲੱਗਦਾ ਇਸ ਲਈ ਇਹਨੂੰ ਕਟਰ ਨਾਲ ਹੀ ਕੱਟਿਆ ਜਾਵੇ ਤਾਂ ਜੋ ਵੇਖ ਲਓ ਜਮਾਂ ਸਿੱਧਾ ਕੱਟਿਆ ਗਿਆ ਉਸ ਤੋਂ ਬਾਅਦ ਇਸ ਦੇ ਉੱਪਰ ਆਪਾਂ ਜੋ ਸੀ ਸੀ ਯੂਜ਼ ਕਰਦੇ ਆ ਉਹ ਚੜਾਉਣੀ ਹੈ ਸੀ ਚੜਾ ਕੇ ਜੀ ਇਹਨੂੰ ਚੈੱਕ ਕਰ ਲੈਣਾ ਹੈ ਇਹ ਉੱਪਰਲੇ ਪਾਸੇ ਜੋ ਸੀਮਨ ਹੈ ਉਹ ਸਹੀ ਢੰਗ ਨਾਲ ਬਾਹਰ ਆ ਰਿਹਾ ਹੈ}}{|ਇਹੀ ਵਾਰ ਕੀ ਹੁੰਦਾ ਹੈ ਸਟਰਾ ਉੱਪਰਲੇ ਪਾਸੇ ਉ ਢਿੱਲਾ ਰਹਿ ਜੇ ਤਾਂ ਇਸ ਦੇ ਵਿੱਚ ਹੀ ਜੋ ਵੀਰਜ ਹੈ ਸੀਮਨ ਹੈ ਫੈਲਣ ਦਾ ਚਾਂਸ ਬਣ ਜਾਂਦਾ ਹੈ ਚਾਂਸ ਬਣ ਜਾਂਦਾ ਹਾਂਜੀ ਬਿਲਕੁਲ ਜੀ ਇਹ ਚੀਜ਼ਾਂ ਹੁੰਦੀਆਂ ਜੀ ਇਧਰੋਂ ਧਿਆਨ ਰੱਖਣ ਦੀਆਂ ਉਸ ਤੋਂ ਗੱਲ ਅੱਗੇ ਆ ਜਾਂਦੀ ਹੈ ਜਿਸ ਵੀ ਆਪਾਂ ਹੁਣ ਫੀਮੇਲ ਦੇ ਸਟਰਾ ਲਾ ਰਹੇ ਹਾਂ ਆਜੋ ਭਾਈ ਤੇਲ ਪਾਓ ਹੱਥੇ ਜੀ ਮਾਰਦੀ ਤਾਂ ਨਹੀਂ ਜੀ ਇਸ ਤੋਂ ਬਾਅਦ ਆ ਜਾਂਦੀ ਹੈ ਜੀ ਪਸ਼ੂ ਦੇ ਏਆਈ ਕਰਨ ਵੇਲੇ ਪਸ਼ੂ ਦੇ ਅੰਦਰੋਂ ਗੋਬਰ ਨਿਕਾਲਦੇ ਸਮੇਂ ਜੀ ਕਈ ਵਾਰ ਕੀ ਹੁੰਦਾ ਜੀ ਪਸ਼ੂ ਦੇ ਸੂ ਵਾਲੀ ਜਗ੍ਹਾ ਤੇ ਗੋਹਾ ਲੱਗ ਜਾਂਦਾ ਤੇ ਕੋਸ਼ਿਸ਼ ਕਰਨੀ ਹੈ ਵੀ ਟਿਸ਼ੂ ਪੇਪਰ ਨਾਲ ਰੱਖਿਆ ਜਾਵੇ ਉਹਰੇ ਲਓ ਇਹਦੇ ਨਾਲ ਸਾਫ਼ ਕੀਤਾ ਜਾਵੇ ਤਾਂ ਜੋ ਇਸਦੇ ਦਾ ਲੱਗਿਆ ਨਹੀਂ ਗੋਹਾ ਕਈ ਪਸ਼ੂਆਂ ਦੇ ਲੱਗਿਆ ਹੁੰਦਾ ਜੀ ਜੋ ਪਸ਼ੂ ਮਾਰਦੇ ਨੇ ਜਿਵੇਂ ਵੀ ਉਹ ਕੀ ਹੁੰਦਾ ਗਨ ਦੇ ਅੱਗੇ ਲਾ ਕੇ ਕਈ ਹਰ ਅੰਦਰ ਚਲਾ ਜਾਂਦਾ ਤੇ ਕੋਸ਼ਿਸ਼ ਕਰਨੀ ਹੈ ਆਸੀਂ ਵੈਸੀ ਸਾਫ਼ ਕਰਕੇ ਵਿਖਾਉਣੇ ਵੈਸੀ ਤਾਂ ਹੀ ਸਾਫ਼ ਹੈ ਇਸ ਤਰ੍ਹਾਂ ਸਾਫ਼ ਕਰ ਲੈਣਾ ਹੈ ਤਾ ਜੋ ਗੰਨ ਦੇ ਅੱਗੇ ਗੋਹਾ ਲਾ ਕੇ ਅੰਦਰ ਨਾ ਜਾਵੇ ਕੋਈ ਖਰਾਬੀ ਨਾ ਆਵੇ ਬਿਲਕੁਲ ਜੀ ਬਚਾ ਗਏ ਗੋਬਰਾਂ ਪਿੱਛੇ ਇਹ ਝੋਟੀ ਦੀ ਇਹੀ ਕਰ ਦਿੱਤੀ ਹੈ ਜੀ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਚੰਗੇ AI ਵਰਕਰ ਹੋਣ ਦਾ ਕੰਮ ਜੋ ਮੰਨ ਲਓ ਵੀ ਇੱਕ AI ਵਰਕਰ ਹੈ ਉਹਦੇ ਫਰਜ਼ ਇਸ ਝੋਟੀ ਦੇ ਜੋ ਆਪ AI ਕੀਤੀ ਹੈ ਉਸ ਦਾ ਜੋ ਰਿਕਾਰਡ ਹੈ ਵੈਸੇ ਤਾਂ ਫਾਰਮਰ ਨੂੰ ਪੂਰਾ ਰੱਖਣਾ ਚਾਹੀਦਾ ਹੈ ਨਹੀਂ ਤਾਂ ਜੋ AI ਵਰਕਰ ਹੈ ਕੋਸ਼ਿਸ਼ ਕਰੇ ਉਹ ਵੀ ਇੱਕ ਮਾਨੂੰ ਹਰ ਤਰ੍ਹਾਂ ਦਾ ਰਿਕਾਰਡ ਆਪਦੇ ਕੋਲ ਮੈਂਟੇਨ ਰੱਖੇ ਤਾਂ ਜੋ ਪਤਾ ਲੱਗਦਾ ਰਹਿੰਦਾ ਜੀ ਆਪਣੇ ਕੋਲ ਕਿਸ ਬੁੱਲ ਦੀ ਏਆਈ ਕੀਤੀ ਸੀ ਕਿਸ ਫਾਰਮਰ ਦੇ ਘਰ ਕੀਤੀ ਸੀ ਔਰ ਕਿਸ ਬੁੱਲ ਦੀ ਕੀਤੀ ਸੀ ਔਰ ਕੀ ਬੱਚਾ ਆ ਜਿਸ ਤਰ੍ਹਾਂ ਜਿਆ 2020 ਦਾ ਮੈਂ ਦੂਜੇ ਮਹੀਨੇ ਦਾ ਦਿਖਾ ਦਿੰਨਾ ਹੈ ਕਿ ਕਿਹੜੇ ਫਾਰਮਰ ਦੇ ਘਰ ਕੀਤੀ ਕਿਹੜੇ ਬੁੱਲ ਦੀ ਏਆਈ ਕੀਤੀ ਔਰ ਕਿਹੜੇ ਪਿੰਡ ਕੀਤਾ ਤੇ ਜਦੋਂ ਉਹ ਸੂਈ ਉਹਨੇ ਮੇਲ ਦਿੱਤਾ ਫੀਮੇਲ ਦਿੱਤਾ ਕਿਸ ਤਰ੍ਹਾਂ ਦਾ ਉਹਦਾ ਰਿਜ਼ਲਟ ਆਉਣਾ ਦੁੱਧ ਦਾ ਉਹ ਚੀਜ਼ ਨਾਲ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਵੀ ਜੋ ਆਪਾਂ ਸਿਮੈਂਟ ਯੂਜ਼ ਕੀਤਾ ਹੈ ਇਹਦਾ ਆਪਾਂ ਨੂੰ ਰਿਜ਼ਲਟ ਵਧੀਆ ਮਿਲਿਆ ਜੀ ਜੇਕਰ ਵਧੀਆ ਮਿਲਿਆ ਤੇ ਉਹ ਹੋਰ ਵੀ ਚੰਗੀਆਂ ਮੱਜਾਂ ਦੇ ਚੰਗੀਆਂ ਝੋਟੀਆਂ ਦੇ ਯੂਜ਼ ਕੀਤਾ ਜਾਵੇ। ਡਾਕਟਰ ਸਾਹਿਬ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਣਾ ਇੱਕ ਵਾਰੀ ਕੰਟੈਕਟ ਨੰਬਰ ਜਰੂਰ ਸ਼ੇਅਰ ਕਰੋ ਜੀ। ਮੇਰਾ ਕੰਟੈਕਟ ਨੰਬਰ ਹੈ ਜੀ ਜੋ ਵਟਸਐਪ ਵਾਲਾ ਨੰਬਰ ਹੈ ਜੀ 95695 95752 ਜੀ ਤੇ ਜੋ ਕਾਲ ਕਰਨ ਦੇ ਲਈ ਹੈ ਜੀ 95695 04300 ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਧੰਨਵਾਦ